अस्सलाम वालेकुम दोस्तों, की हाल चाल है जनाब। तुसी वेखदे हो एडी टीवी दे माध्यम मेज़बान जनाब अल्लाह दित्ता जोइया। दोस्तों सब तो पहले करो अपने चैनल नूं सबसक्राइब ते नाल ही लगे बैल आइकन दा बटन दबाओ ताकि मेरी हर आने वाली बेहतरीन लाजवाब ते अनमोल वीडियो नोटिफिकेशन तुहाडे तक आसानी पहुंच सके। तीन वेड़े ने जनाब, खीरे वेड़े ने माशाल्लाह बड़े सीनो जमील ने, बड़ी नस्ल वाले ने, ते दो बच्चियां ने, तीन वेड़े ने, पांच जानवरां दी वीडियो लैके तुहाडी खिदमत विच हाजिर हां जनाब। तुहाडा वीर अल्लाह दित्ता जोइया ते कैमरामैन साहब जी लायो वेड़े ते कैमरा। ए जनाब तुसी बच्चे वेख रहे, तिने बच्चे जनाब खीरे ने माशाल्लाह, देसी जनाब बच्चे ने, चोलस्तानी ते साहिवाल ते चंगी गुमटी शुमटी वाले ते कद शान सोहना बच्चा दे कोले ते मुल भी इंशाल्लाह जायज होसी। ते माशाल्लाह वेख रहे ने बड़ा लाजवाब काले डब्बे ते रत्ते गदरे ते जनाब बड़े माड़ा जिहा सजना टोर के विखा भी बच्चे नूं। माशाल्लाह वेख रहे ने गुमटी शुमटी चंगी बच्चे दी, सिरू जनाब मोना है ते रत्ते डब्बे रंग दा बड़ा सीनो जमील। चल वापस आवन दे भी, आ जा आ जा। माशाल्लाह जी, ए जनाब तुसी वेड़ा वेख रहे ने बड़ा कमाल दा, पूरा सीनो जमील है। ए जनाब दूसरे नंबर वाला तुसी वेख रहे ने, ए माशाल्लाह काले डब्बे रंग दा, इन्हें भी टोर के खा गए। माशाल्लाह पूरे रंगदार पूरी नस्ल वाले बच्चे ने जनाब, अभी वापस आ रहे हैं। काले डब्बे रंग दा माशाल्लाह तुसी वेख रहे ने, चंगिया गुमटिया शुमटिया उत्ते मच्छर बल्ला, इन्हें भी बांध दे। तीसरे ने खोल के खा गए। तीसरा जनाब प्योर चोलस्तानी है, लाल डब्बे रंग दे विच ते मुल भी इंशाल्लाह जायज। तिन्ने मुंह च खीरे ने जी बाजी जी, ठीक हो गया माशाल्लाह। वेख रहे ने तिन्ने ही चलावन दे भी वापस आवन, माशाल्लाह तिन्ने ही खीरे ने जनाब मुंह दे विचों ते तीन बच्चे पूरे सीनो जमील ने। ते दो जनाब बच्चे ना, बच्चे नूं भी खोल के विखावे माड़ा जा। ये जनाब बच्चों का लहदा मुल होना है, बच्चियां चोलस्तानी क्रास बच्ची है जी, आ तुसीं जिहड़ी वेख रहे आ साहिवाल दी बच्ची है। ਇਹ ਵੀ ਜਨਾਬ ਮਾਸ਼ਾਅੱਲਾ ਚਲਾ ਹੁੰਦੇ ਹੁੰਦੇ ਵੀ ਵਾਪਸ ਆਉਂਦੇ ਤੇ ਥਣ ਛਣ ਵੀ ਫਿਰ ਥਣ ਬੜੇ ਚੰਗੇ ਲੱਗੇ ਉਹਨੂੰ ਬੱਚੀ ਨੂੰ, ਸੋਹਣੇ ਗੁੱਲ ਛੋਲ ਨੇ। ਚੱਲ ਇਹ ਦੂਸਰਾ ਜਨਾਬ ਚੋਲਸਤਾਨੀ, ਚੱਲ ਆਇਆ ਬਈ ਇਹਨੂੰ ਵੀ ਵਾਪਸ ਇੱਥੇ ਲਿਆ ਕੇ ਬੰਨ। ਚੋਲਸਤਾਨੀ ਬੱਚੀ ਜਨਾਬ ਚੋਲਸਤਾਨੀ ਕ੍ਰਾਸ, ਥਣ ਬੜੇ ਸੋਹਣੇ ਨੇ ਦੋਵਾਂ ਦੇ, ਪੂਰੀਆਂ ਸੀਨ ਜਮੀਲ ਬੱਚੀਆਂ ਨੇ। ਤੇ ਇਹ ਜਨਾਬ ਬੱਚਿਆਂ ਦਾ ਲਹਿਦਾ ਮੁੱਲ, ਬੱਚਿਆਂ ਦਾ ਲਹਿਦਾ ਹੋਣਾ। ਆ ਜਾ ਵੀ ਸੱਜਣਾ, ਆ ਜਾ ਆ ਜਾ, ਇਹਨਾਂ ਦੀ ਗੱਲ ਬਸ ਨਾ ਇੱਥੇ ਮੇਰੇ ਆ ਜਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਅੱਛਾ ਪਿਆਰੇ ਭਾਈ ਨਾਂ ਕੀ ਹੈ ਜੀ ਆਪਣਾ? ਸਰਫਰਾਜ਼ ਦਾ ਜਾਨ। ਅੱਛਾ ਭਾਈ ਸਰਫਰਾਜ਼, ਜਿਹੜੇ ਤਿੰਨ ਬੱਚੇ ਆਪਾਂ ਵਿਖਾਏ ਨੇ, ਜਿੰਨੇ ਮੂੰਹ ਚ ਖਿਰੇ ਨੇ, ਜਿੱਕੇ ਲਿਖੇ ਨੇ, ਤੰਦਰੁਸਤ ਨੇ ਬਿਲਕੁਲ, ਕੋਈ ਫਾਲਤ ਨਹੀਂ ਹੈਗਾ ਜੀ। ਐਰ ਫਰਾਂ ਦੋ ਪਿਆਰ ਤੇ ਮੁਹੱਬਤ ਵਾਲਾ ਜਿਹੜਾ ਆਪਾਂ ਨਾ ਬੱਚਿਆਂ ਦੀ ਆਪਾਂ ਵੀਡੀਓ ਬਣਾਈ ਹੈ, ਕਦੇ ਕਦਾਈ ਕਦੇ ਪਿੱਛੋਂ, ਠੀਕ ਹੈ ਨਾ, ਗਾਵਾਂ ਦੀ ਅਸੀਂ ਮੱਝਾਂ ਦੀ ਵੀਡੀਓ ਬਣਾਉਂਦੇ ਹਾਂ। ਹਾਂਜੀ ਇਹ ਜਨਾਬ ਪਹਿਲੀ ਦਫਾ ਬੱਚਿਆਂ ਦੀ ਵੀਡੀਓ ਬਣਾਈ ਤੇ ਮੁੱਲ ਜਾਇਜ਼ ਕਰਨਾ ਹੈ, ਉਹਨਾਂ ਦਾ ਮੁੱਲ ਪਹਿਲੀ ਦਫਾ ਜ਼ਿਆਦਾ ਹੋਵੇ ਤੇ ਅਗਾਂ ਕੋਈ ਸਾਨੂੰ ਇਹ ਬਰਾ ਆਖੇ ਵੀ ਇਹ ਜਿਹੜਾ ਬੱਚਿਆਂ ਦੀ ਵੀਡੀਓ ਬਣਾਓ ਹੀ ਨਾ, ਇਹ ਸੋਹਣਾ ਜਿਹਾ ਮੁੱਲ ਕਰਨਾ ਵੀ ਜਿਹੜੇ ਸਾਡੇ ਵੀਰ ਵੇਖਣ ਤੇ ਸਾਡੇ ਕੋਲੇ ਬੱਚੇ ਮੰਗਣ ਵੀ ਤੇ ਨਾਲ ਖੁਸ਼ ਹੋਣ ਵੀ, ਬੜਾ ਜਾਇਜ਼ ਮੁੱਲ ਕੀਤਾ ਨੇ ਤੇ ਬੜੀ ਸੋਹਣੀ ਜੀ ਗੱਲ ਸੁਣਾਈ ਨੇ ਜੀ। ਬਿਲਕੁਲ ਪਿਆਰ ਮੁਹੱਬਤ ਵਾਲੀ ਸੋਹਣੀ ਜੀ ਗੱਲ ਸੁਣਾ ਕੇ ਬੱਚੇ ਕਿੰਨੇ ਦੇ ਵਿੱਚ ਬੱਚੇ ਤਾਂ ਭਈਆ ਨੇ ਆਪਣੇ ਹੈਗੇ 2 ਲੱਖ ਦੇ ਬੱਚੇ ਹੈਗੇ ਨੇ 2 ਲੱਖ ਦੋ ਲੱਖ ਆਪਾਂ ਨੂੰ ਪਿਆਰ ਮੁਹੱਬਤ ਕਰਕੇ ਫਾਈਨਲ ਮੁੱਲ ਦੱਸ ਦਿਓ। ਆਪਾਂ ਵੇਚਦੇ ਨੇ 70-100 ਘੱਟ ਵੀ ਨਹੀਂ ਵੇਚਦੇ, 1,70,000 ਦੇ ਆਪਾਂ ਫਾਈਨਲ ਵੇਚਦੇ ਨੇ, ਤਿੰਨ ਬੱਚੇ ਜੀ। ਠੀਕ ਹੋ ਗਿਆ ਭਾਈ ਸਾਹਿਬ, ਜਿਹੜੀਆਂ 2 ਆਪਾਂ ਬੱਚੀਆਂ ਵਿਖਾਈਆਂ ਨੇ ਜੀ ਸਰ, ਇਹ ਜਨਾਬ ਆਪਾਂ ਕਿੰਨੇ ਦੇ ਵੇਚਦੇ? ਇਹ ਭਈਆ ਆਪਾਂ ਵੇਚਦੇ 60,000 ਦੇ, ਆਪਾਂ ਵੇਚਦੇ ਨੇ 60,000 ਦੀਆਂ ਜੀ ਸਰ, ਫਾਈਨਲ ਵੇਚਣੀਆਂ ਨੇ, ਫਾਈਨਲ ਨਹੀਂ ਵੇਚਣੀਆਂ ਜੀ। ਮੁੱਲ ਹੀ ਪਿਆਰ ਮੁਹੱਬਤ ਨਹੀਂ, ਠੀਕ ਹੈ ਨਾ, ਪਿਆਰ ਮੁਹੱਬਤ ਕਰਕੇ ਤੇ ਮੁੱਲ ਹੈ ਜਨਾਬ 60,000 ਰੁਪਏ, ਬੱਚਿਆਂ ਦੀ ਡਿਮਾਂਡ 2 ਲੱਖ ਰੁਪਈਆ, ਫਾਈਨਲ 1,70,000 ਤੇ ਬੱਚੀਆਂ ਨੇ 60,000 ਜੀ ਸਰ ਜੀ। ਠੀਕ ਹੋ ਗਿਆ ਬਾਜੀ, ਬੜੀ ਮਿਹਰਬਾਨੀ ਜਨਾਬ ਤੁਹਾਡੀ, ਤੇ ਨੰਬਰ ਹੁੰਦਾ ਜਨਾਬ ਸਾਡਾ 0300-186-32-32, 0300 ਪੂਰਾ 186-32-32 ਜਨਾਬ ਸਾਡੇ ਕਾਲ ਤੇ ਵਟਸਐਪ ਦਾ ਨੰਬਰ ਹੈ ਜੀ। ਮਿਲਦੇ ਹਾਂ ਇੱਕ ਅੱਛੀ ਨਵੀਂ ਅਨਮੋਲ ਤੇ ਖੂਬਸੂਰਤ ਤੇ ਲਾਜਵਾਬ ਵੀਡੀਓ ਦੇ ਨਾਲ। ਅੱਲਾ ਨਿਗੇ ਪਾਉਣ।